ਪ੍ਰੋਪਰਟੀ ਵੈਲਿਊਏਸ਼ਨ ਦੇ ਬਾਰੇ ਜਾਣਨਾ ਚਾਹੁੰਦੇ ਹੋ, ਪ੍ਰੋਪਰਟੀ ਵੈਲਿਊਏਸ਼ਨ ਦਾ ਟੂਰਿਸਟ ਵੀਜ਼ਾ ਬਾਰੇ ਕਿੰਨਾ ਕੁ ਮਹੱਤਵ ਹੈ, ਪ੍ਰੋਪਰਟੀ ਵੈਲਿਊਏਸ਼ਨ ਦੇ ਥੋੜ੍ਹੇ ਜਿਹੇ ਕਾਗਜ਼ ਤੁਹਾਡੀ ਪ੍ਰੋਫਾਈਲ ਨੂੰ ਕਿਵੇਂ ਸਟਰੋਂਗ ਕਰਦੇ ਨੇ, ਕੀ ਪ੍ਰੋਪਰਟੀ ਵੈਲਿਊਏਸ਼ਨ ਤੋਂ ਬਿਨਾਂ ਵੀ ਫਾਈਲ ਲਗਾ ਜਾ ਸਕਦੀ ਹੈ, ਕਿੰਨੀ ਕੁ ਇੰਪੋਰਟੈਂਸ ਹੈਗੀ ਹੈ ਪ੍ਰੋਪਰਟੀ ਦੀ ਵੈਲਿਊਏਸ਼ਨ ਤੁਹਾਡੀ ਟੂਰਿਸਟ ਵੀਜ਼ਾ ਦੀ ਐਪਲੀਕੇਸ਼ਨ ਲਈ। ਸਤਿ ਸ਼੍ਰੀ ਅਕਾਲ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਦੋਸਤੋ, ਮੇਰੀ ਅੱਜ ਦੀ ਜਿਹੜੀ ਮੈਂ ਵੀਡੀਓ ਕਰ ਲਾਂਗਾ, ਮੇਰੀ ਵੀਡੀਓ ਦਾ ਜਿਹੜਾ ਸਬਜੈਕਟ ਹੈਗਾ ਪ੍ਰੋਪਰਟੀ ਵੈਲਿਊਏਸ਼ਨ। ਕੀ ਪ੍ਰੋਪਰਟੀ ਵੈਲਿਊਏਸ਼ਨ ਦਾ ਕੋਈ ਮਹੱਤਵ ਹੈ, ਕੀ ਪ੍ਰੋਪਰਟੀ ਵੈਲਿਊਏਸ਼ਨ ਨਾਲ ਤੁਹਾਡੀ ਜਿਹੜੀ ਟੂਰਿਸਟ ਵੀਜ਼ਾ ਦੀ ਫਾਈਲ ਸਟਰੋਂਗ ਹੁੰਦੀ ਹੈ। ਦੋਸਤੋ, ਜਿਹੜੀ ਪ੍ਰੋਪਰਟੀ ਵੈਲਿਊਏਸ਼ਨ ਹੈ ਆਪਣੇ ਆਪ ਦੇ ਵਿੱਚ ਮਹੱਤਵ ਰੱਖਦੀ ਹੈ। ਕਿਉਂ? ਕਿਉਂਕਿ ਜਦੋਂ ਤੁਸੀਂ ਫਾਈਲ ਲਾਉਂਦੇ ਹੋ, ਅੰਬੈਸੀ ਅਫਸਰ ਹੈ ਤੁਹਾਡੇ ਬਾਰੇ ਚੰਗੀ ਤਰ੍ਹਾਂ ਘੋਖ ਪੜਤਾਲ ਕਰਦਾ ਹੈ। ਅੰਬੈਸੀ ਅਫਸਰ ਦੇਖਦਾ ਹੈ ਕਿ ਜਿਹਨੂੰ ਮੈਂ ਵੀਜ਼ਾ ਦੇਣ ਲੱਗਿਆ ਹਾਂ, ਕੀ ਉਹ ਬੰਦਾ ਵੀਜ਼ਾ ਲੈਣ ਦੇ ਲਾਇਕ ਹੈ, ਉਹਦੇ ਪੱਲੇ ਕੀ ਹੈ। ਸੋ ਤੁਹਾਡੀ ਪ੍ਰੋਪਰਟੀ, ਤੁਹਾਡੇ ਫਾਦਰ ਮਦਰ ਦੀ ਪ੍ਰੋਪਰਟੀ, ਤੁਹਾਡੇ ਗ੍ਰੈਂਡ ਫਾਦਰ ਮਦਰ ਦੀ ਪ੍ਰੋਪਰਟੀ ਤੁਹਾਡੀ ਵੀਜ਼ਾ ਐਪਲੀਕੇਸ਼ਨ ਵਾਸਤੇ ਰਾਮਬਾਣ ਸਾਬਤ ਹੋ ਸਕਦੀ ਹੈ। ਕਿਉਂਕਿ ਪ੍ਰੋਪਰਟੀ ਨਾਲ ਜਿਹੜੀ ਹੈਗੀ ਹੈ ਤੁਹਾਡੀ ਪ੍ਰੋਫਾਈਲ ਅਸੈਸ ਹੁੰਦੀ ਹੈ ਕਿ ਇਸ ਬੰਦੇ ਕੋਲ ਇੰਨੀ ਪ੍ਰੋਪਰਟੀ ਹੈ, ਇਹਦੇ ਕੋਲ ਇੰਨੀ ਜ਼ਮੀਨ ਜਾਇਦਾਦ ਹੈ, ਘਰ ਹੈਗੇ ਨੇ, ਕਮਰਸ਼ੀਅਲ ਦੁਕਾਨਾਂ ਨੇ, ਸ਼ੋਅਰੂਮ ਨੇ, ਜਾਂ ਕੁਛ ਹੋਰ ਜਿਹੜੀ ਵੀ ਚੀਜ਼ ਤੁਹਾਡੇ ਕੋਲ ਹੈ। ਜਦੋਂ ਤੁਸੀਂ ਉਹਦੀ ਵੈਲਿਊਏਸ਼ਨ ਪਵਾ ਕੇ ਤੁਸੀਂ ਆਪਦੀ ਫਾਈਲ ਦੇ ਨਾਲ ਲਾਓਗੇ, ਤਾਂ ਨੈਚੁਰਲ ਗੱਲ ਹੈ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹ ਸਟਰੋਂਗ ਹੋਏਗੀ। ਦੋਸਤੋ, ਜਿਹੜੀ ਵੀਜ਼ਾ ਐਪਲੀਕੇਸ਼ਨ ਦੇ ਨਾਲ ਜਿਹੜਾ ਅੰਬੈਸੀ ਆਫਿਸਰ ਹੈ ਉਹ ਤੁਹਾਨੂੰ ਜਿਹੜਾ ਵੀਜ਼ਾ ਹੈ ਨਾ ਉਹ ਤੁਹਾਡੇ ਕਾਗਜ਼ ਪੱਤਰ ਦੇਖ ਕੇ ਦਿੰਦਾ ਹੈਗਾ। ਉਹ ਤੁਹਾਨੂੰ ਇਹ ਦੇਖ ਕੇ ਦਿੰਦਾ ਹੈਗਾ ਵੀ ਤੁਹਾਡੇ ਕੋਲ ਇੰਡੀਆ ਜਿਸ ਤਰ੍ਹਾਂ ਦਾ ਕੀ ਹੈ, ਤੁਸੀਂ ਵਾਪਸ ਮੁੜ ਕੇ ਆਉਂਗੇ, ਤੁਹਾਡੀ ਵੈਲਿਊ ਕੀ ਹੈ, ਤੁਹਾਡੀ ਵਰਥ ਕੀ ਹੈ। ਸੋ ਜਿਹੜੀ ਤੁਹਾਡੀ ਕੈਸ਼ ਤਾਂ ਆਪਾਂ ਅਕਾਊਂਟ 'ਚ ਰੱਖਦੇ ਹੀ ਹਾਂ, ਪਰ ਜਿਹੜੀ ਤੁਹਾਡੀ ਵਰਥ ਹੈ ਟੋਟਲੀ ਉਹ ਤੁਹਾਡੀ ਪ੍ਰੋਪਰਟੀ ਹੁੰਦੀ ਹੈ, ਤੁਹਾਡਾ ਕੰਮਕਾਰ ਹੁੰਦਾ ਹੈ, ਤੁਹਾਡਾ ਜਿਹੜਾ ਕਮਰਸ਼ੀਅਲ ਪ੍ਰੋਪਰਟੀ ਹੈ, ਜੇ ਤੁਹਾਨੂੰ ਕਿਤੋਂ ਰੈਂਟਲ ਇਨਕਮ ਆਉਂਦੀ ਹੈ ਤਾਂ ਉਹਦੀ ਜਿਹੜੀ ਗੱਲਬਾਤ ਹੈ ਉਹ ਵੱਖਰੀ ਹੁੰਦੀ ਹੈ। ਠੀਕ ਹੈ, ਪ੍ਰੋਪਰਟੀ ਵੈਲਿਊਏਸ਼ਨ ਦਾ ਮਹੱਤਵ ਬਹੁਤ ਜ਼ਿਆਦਾ ਹੈਗਾ, ਕਿਉਂਕਿ ਪ੍ਰੋਪਰਟੀ ਵੈਲਿਊਏਸ਼ਨ ਤੋਂ ਤੁਹਾਡੀ ਜਿਹੜੀ ਫਾਈਲ ਨੂੰ ਸਟਰੋਂਗ ਇੱਕ ਟਾਈ ਮਿਲਦਾ ਹੈਗਾ। ਅੰਬੈਸੀ ਅਫਸਰ ਇਹ ਦੇਖਦਾ ਵੀ ਤੁਹਾਡੇ ਕੋਲ ਇਨਕਮ ਦਾ ਸਾਧਨ ਕੀ ਹੈ, ਜਿਹੜੀ ਆਪਾਂ ਆਈ ਟੀ ਆਰ ਲਾ ਕੇ ਦਿਖਾ ਸਕਦੇ ਹਾਂ, ਫਿਰ ਤੁਹਾਡਾ ਬੈਂਕ ਬੈਲੈਂਸ ਕਿਵੇਂ ਦਾ ਹੈਗਾ ਉਹ ਚੀਜ਼ ਸ਼ੋਅ ਕਰ ਸਕਦੇ ਹਾਂ। ਤੀਜਾ, ਖਾਸ ਕਰਕੇ ਉਹ ਲੋਕ ਜਿਹੜੇ ਐਗਰੀਕਲਚਰ ਦੇ ਡਿਪੈਂਡ ਨੇ, ਖੇਤੀਬਾੜੀ 'ਤੇ ਡਿਪੈਂਡ ਨੇ, ਸੋ ਜਿਹੜੀ ਇਨਕਮ ਹੈ, ਜੇ ਫਾਰਮਾਂ 'ਤੇ ਜੇ ਤੁਸੀਂ ਇਨਕਮ ਦਿਖਾਉਂਦੇ ਹੋ ਜਾਂ ਐਗਰੀਕਲਚਰ ਦੇ ਬੇਸ 'ਤੇ ਜੇ ਤੁਸੀਂ ਆਪਦੀ ਆਈ ਟੀ ਆਰ ਭਰਦੇ ਹੋ, ਤਾਂ ਉਹ ਚੀਜ਼ ਨੂੰ ਦਿਖਾਉਣ ਵਾਸਤੇ ਆਪਾਂ ਨੂੰ ਵੈਲਿਊਏਸ਼ਨ ਕਰਾਉਣੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਤੁਹਾਡੀ ਜ਼ਮੀਨ ਦੀ, ਤੁਹਾਡੀ ਐਗਰੀਕਲਚਰ ਲੈਂਡ ਦੀ ਵੈਲਿਊਏਸ਼ਨ ਤੁਹਾਡੇ ਇਨਕਮ ਦੇ ਪੱਖ ਨੂੰ ਹੋਰ ਵੀ ਮਜ਼ਬੂਤ ਕਰਦੀ ਹੈਗੀ ਹੈ। ਸੋ ਜਿਹੜੀ ਪ੍ਰੋਪਰਟੀ ਵੈਲਿਊਏਸ਼ਨ ਹੈ ਤੁਹਾਡੀ ਵੀਜ਼ਾ ਐਪਲੀਕੇਸ਼ਨ ਵਾਸਤੇ ਇੱਕ ਬਹੁਤ ਇੰਪੋਰਟੈਂਟ ਡਾਕੂਮੈਂਟ ਹੈ, ਕਿਉਂਕਿ ਦੇਖੋ ਜਦੋਂ ਆਪਾਂ ਵੈਸੇ ਜਾਂਦੇ ਹੈਗੇ ਹਾਂ ਵੀਜ਼ਾ ਲੈਣ ਵਾਸਤੇ, ਫਾਈਲ ਜਦੋਂ ਆਪਾਂ ਲਾਉਂਦੇ ਹੈਗੇ ਹਾਂ, ਵੀਜ਼ਾ ਆਫਿਸਰ ਨੇ ਜ਼ਿਆਦਾਤਰ ਅੰਬੈਸੀਆਂ 'ਚ ਆਪਾਂ ਨੂੰ ਪਰਸਨ ਨਹੀਂ ਦੇਖਿਆ ਹੁੰਦਾ, ਪਰਸਨ ਨਹੀਂ ਮਿਲਿਆ ਹੁੰਦਾ, ਕੋਈ ਵੀ ਅੰਬੈਸੀ ਤੁਹਾਡੇ ਘਰ ਆ ਕੇ ਨਹੀਂ ਦੇਖਦੀ ਤੁਸੀਂ ਕੀ ਕੰਮ ਕਰਦੇ ਹੋ। ਸੋ ਤੁਹਾਡੇ ਜਿਹੜੇ ਕਾਗਜ਼ ਨੇ ਉਹਨਾਂ ਨੇ ਹੀ ਤੁਹਾਡੀ ਮਜ਼ਬੂਤੀ ਪੇਸ਼ ਕਰਨੀ ਹੁੰਦੀ ਹੈ, ਤੁਹਾਡੇ ਕਾਗਜ਼ਾਂ ਤੋਂ ਇਹ ਚੀਜ਼ ਸਿੱਧ ਹੋਣੀ ਚਾਹੀਦੀ ਹੈ। ਜਿਹੜਾ ਵਿਜ਼ਟਰ ਹੈਗਾ, ਜਿਹੜਾ ਇਹ ਬੰਦਾ ਘੁੰਮਣ ਜਾ ਰਿਹਾ, ਇਹਦੇ ਪੱਲੇ ਬੜਾ ਕੁਛ ਹੈ, ਇਹਦੀਆਂ ਫੈਮਿਲੀ ਟਾਈ ਸਟਰੋਂਗ ਨੇ, ਇਹਦੇ ਕੋਲ ਪ੍ਰੋਪਰਟੀ ਹੈਗੀ ਹੈ, ਇਹਦੇ ਕੋਲ ਬੈਂਕ ਬੈਲੈਂਸ ਹੈਗਾ। ਸੋ ਤੁਹਾਡੇ ਕਾਗਜ਼ ਬਹੁਤ ਮਹੱਤਵ ਰੱਖਦੇ ਨੇ। ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ, ਕੋਈ ਕੰਸਲਟੈਂਟ ਤੁਹਾਨੂੰ ਵੀਜ਼ਾ ਨਹੀਂ ਦਵਾ ਸਕਦਾ ਹੁੰਦਾ, ਕਿਸੇ ਅੰਬੈਸੀ ਨੇ ਵੀ ਤੁਹਾਨੂੰ ਵੀਜ਼ਾ ਨਹੀਂ ਦਵਾਉਣਾ, ਵੀਜ਼ਾ ਤੁਹਾਡੇ ਕਾਗਜ਼ਾਂ ਨੇ ਦਵਾਉਣਾ। ਜੇ ਤੁਹਾਡੇ ਕਾਗਜ਼ ਸਟਰੋਂਗ ਹੋਣਗੇ ਤਾਂ ਤੁਹਾਨੂੰ ਕੋਈ ਵੀਜ਼ਾ ਦੇਣ ਤੋਂ ਮਨਾ ਨਹੀਂ ਕਰ ਸਕਦਾ। ਕਾਗਜ਼ ਕਿਵੇਂ ਸਟਰੋਂਗ ਹੋਣਗੇ? ਤੁਹਾਡੀ ਪ੍ਰੋਪਰ ਆਈ ਟੀ ਆਰ ਹੋਵੇ, ਤੁਹਾਡਾ ਬੈਂਕ ਬੈਲੈਂਸ ਹੋਵੇ, ਬੈਂਕ ਬੈਲੈਂਸ ਮੇਨਟੇਨਿੰਗ ਵਧੀਆ ਹੋਵੇ, ਤੁਹਾਡੀ ਟ੍ਰਾਂਜੈਕਸ਼ਨ ਚੰਗੀਆਂ ਹੋਣ, ਅਤੇ ਤੁਹਾਡੀ ਪ੍ਰੋਪਰਟੀ ਵੈਲਿਊਏਸ਼ਨ ਹੋਵੇ। ਪ੍ਰੋਪਰਟੀ ਨਾਲ ਇਹ ਹੁੰਦਾ, ਜੇ ਤੁਹਾਡੇ ਕੋਲ 10-15 ਕਿੱਲੇ ਜ਼ਮੀਨ ਹੈਗੀ ਹੈ ਤਾਂ ਇਸ ਚੀਜ਼ ਦੀ ਗਰੰਟੀ ਹੈ ਕਿ ਬੰਦਾ ਲੈਂਡ ਲਾਰਡ ਹੈ, ਇਹ ਬੰਦੇ ਦੇ ਪੈਸਾ ਇਹਦੇ ਪੱਲੇ ਹੈ, ਇਹਨੇ ਘੁੰਮਣਾ, ਘੁੰਮ ਕੇ ਵਾਪਸ ਆ ਜਾਣਾ ਹੈਗਾ। ਸੋ ਦੋਸਤੋ, ਮੈਂ ਹਰ ਇੱਕ ਵਿਸ਼ੇ 'ਤੇ ਜਿਹੜੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ, ਪਹਿਲਾਂ ਵੀ ਤੁਸੀਂ ਜਿਹੜੀ ਇਸ ਵੀਡੀਓ ਦੇ ਨਾਲ ਇਸ ਵੀਡੀਓ ਦੀ ਪਲੇਲਿਸਟ ਦੇ ਵਿੱਚ ਦੂਜੀਆਂ ਵੀਡੀਓ ਆ ਜਾਣਗੇ, ਜਿਵੇਂ ਆਈ ਟੀ ਆਰ ਦਾ ਕੀ ਮਹੱਤਵ ਹੈਗਾ ਟੂਰਿਸਟ ਵੀਜ਼ਾ ਵਾਸਤੇ, ਬੈਂਕ ਸਟੇਟਮੈਂਟ ਦਾ ਕੀ ਮਹੱਤਵ ਹੈਗਾ, ਬੈਂਕ ਬੈਲੈਂਸ ਦਾ ਕੀ ਮਹੱਤਵ ਹੈ, ਤੁਸੀਂ ਬੈਂਕ ਬੈਲੈਂਸ ਮੇਨਟੇਨ ਕਿਵੇਂ ਕਰ ਸਕਦੇ ਹੋ, ਆਈ ਟੀ ਆਰ ਕਿਵੇਂ ਕਰ ਸਕਦੇ ਹੋ, ਕਿੰਨੇ ਦੀ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਗੱਲਾਂ ਨੇ, ਤੁਸੀਂ ਤੁਹਾਨੂੰ ਮੇਰੀ ਵੀਡੀਓ 'ਚ ਬੜਾ ਕੁਝ ਸਿੱਖਣ ਨੂੰ ਮਿਲੂਗਾ। ਉਮੀਦ ਕਰਦਾ ਕਿ ਮੇਰੀ ਅੱਜ ਦੀ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਊਗੀ। ਵਧੇਰੇ ਜਾਣਕਾਰੀ ਲਈ
मेरा यूट्यूब चैनल सबसक्राइब करो, बैल का बटन दबाओ ताकि हर एक वीडियो तुम्हें जल्दी मिल सके। मैनू इंस्टा पर फॉलो करो, मैनू फेसबुक पर लाइक करो। होर बधेरे जानकारी लई स्क्रीन के नंबर पर कॉल करो। धन्यवाद, सत श्री अकाल।